वाहेगुरु जी का खालसा, वाहेगुरु जी की फतेह। गुरमुख जन्म सवार दरगह चलिया, सच्ची दरगह जाए सच्चा पिण मल्लिया। दे महावाक अनुसार सेवा पंथी महापुरख सादगी निम्रता बंदगी प्यार सत्कार दी भिजी आत्मा निर्मल आत्मा श्रीमान संत हरबंस सिंह जी पंजाबी बाग टिकाणा साहेब पंजाबी बाग नवी दिल्ली जिहड़े काफ़ी समय तो शरीरक करके कुछ ढिले सन, परसों के रोज वो गुरु चरण जा विराज साड़ी सेवा पंथी संपर्दा उन्हां दे जान दा बहुत वड्डा घाटा पिया। भावें वह काफ़ी सालों तो अस्थान के अंदर ही बैठे सन टिकाणा साहिब विच, लेकिन उन्हां दा प्रभाव शरीरक प्रभाव जां अध्यात्म प्रभाव बहुत ज़्यादा सी। विद्वान सन, तोल और बोल दे बड़े पक्के सन, जिन्नी भी गल करनी उन्नी उस गल दी कोई ना कोई वैल्यू कीमत हुंदी सी। साध संगत जी, मैं दसना चाहांगा जे गुरु होवे ते महंत गुरमुख सिंह जी वर्गे, गुरु दा भाव इत्थे महंत हरबंस सिंह जी दे गुरु सन, उन्हां तो शिक्षा दीक्षा विद्या सेवा सिमरन दियां विधियां उन्हां तो प्राप्त कीतियां। गुरु ग्रंथ साहिब महाराज का प्रचार प्रसार किवें करना उन्हां तो सिख्या, ते सब तो वड्डी सिख्या अपने गुरदेव दी, जिन्हां दे हत्थां विच पले वड्डे होए उन्हां दी सेवा किवें करनी। जो सेवा महंत हरबंस सिंह जी ने संत गुरमुख सिंह जी महाराज दी कीती, बा कमाल है बा मिसाल है। वर्णन नहीं किया जा सकता किन्ने साल उन्हां दी सेवा कर दी। ओही सिख्या संत अमृतपाल सिंह जी ने, यह महान जोड़ी संत हरबंस सिंह जी संत अमृतपाल सिंह जी की यह महान जोड़ी जे भरावां वाले गृहस्थियां नूं प्यार सीखना होवे, रहन सहन सीखना होवे, आग्या पालन कारण सीखना होवे, तो महंत हरबंस सिंह जी ते महंत अमृतपाल सिंह जी तो सीखो। जे साधगिरी साधुपन सीखना होवे, साधुआं दा गुण सीखने होण, साधुआं विच रहन सहन सीखना होवे, सेवा सिमरन भावना सीखनी होवे,
ਤਾਂ ਸੰਤ ਹਰਬੰਸ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਜੀ ਤੋਂ ਸਿੱਖੋ। ਜੋ ਸੇਵਾ ਹਰਬੰਸ ਸਿੰਘ ਜੀ ਨੇ ਸੰਤ ਗੁਰਮੁਖ ਸਿੰਘ ਜੀ ਦੀ ਕੀਤੀ ਉਹੀ ਸੇਵਾ ਸੰਤ ਅੰਮ੍ਰਿਤਪਾਲ ਸਿੰਘ ਜੀ ਨੇ ਸੰਤ ਹਰਬੰਸ ਸਿੰਘ ਜੀ ਦੀ ਕੀਤੀ। ਕਿੰਨੇ ਸਾਲ ਹੱਥ ਜੋੜ ਕੇ ਸਤ ਬਚਨੀ ਬਣ ਕੇ ਉਹਨਾਂ ਦੇ ਚਰਨਾਂ ਵਿੱਚ ਖੜ੍ਹੇ ਰਹੇ। ਅੱਜ ਦੇ ਵਰਗੇ ਚੇਲੇ ਨਹੀਂ ਸਨ, ਅੱਜ ਦੇ ਵਰਗੇ ਗੁਰੂ ਭਾਈ ਨਹੀਂ ਸਨ, ਇਹ ਉਸ ਸਮਿਆਂ ਦੇ ਗੁਰੂ ਭਾਈ ਉਸ ਸਮਾਂ ਵਰਗੇ ਸਨ ਜਿਨ੍ਹਾਂ ਦੀਆਂ ਅਸੀਂ ਸਾਖੀਆਂ ਸੁਣਦੇ ਹਾਂ ਅਤੇ ਸੁਣਾਉਂਦੇ ਹਾਂ। ਸੇਵਾ ਪੰਥੀਓ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ, ਸੇਵਾ ਪੰਥੀ ਮੁੱਖ ਸੇਵਾਦਾਰ ਹੋਣ ਦੇ ਨਾਤੇ, ਸੇਵਾ ਪੰਥੀ ਸੰਪਰਦਾ ਦੇ ਇੱਕ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਕਹਿਣਾ ਚਾਹਾਂਗਾ, ਜੇ ਕੁਝ ਸਿੱਖਣਾ ਹੈ ਹਰਬੰਸ ਸਿੰਘ ਜੀ ਤੋਂ ਸਿੱਖੋ। ਉਹਨਾਂ ਨੇ ਸੇਵਾ ਕਿਤਨੀ ਕੀਤੀ ਆਪਣੇ ਗੁਰੂਆਂ ਦੀ। ਜੇ ਸਿੱਖਣਾ ਅੰਮ੍ਰਿਤਪਾਲ ਸਿੰਘ ਜੀ ਤੋਂ ਸਿੱਖੋ, ਉਹਨਾਂ ਨੇ ਕਿਵੇਂ ਸੇਵਾ ਕੀਤੀ ਹਰਬੰਸ ਸਿੰਘ ਜੀ ਦੀ, ਕਿਵੇਂ ਉਹਨਾਂ ਦੇ ਬਚਨਾਂ ਨੂੰ ਕਮਾਇਆ। ਜੇ ਅੱਜ ਸੰਤ ਅੰਮ੍ਰਿਤਪਾਲ ਸਿੰਘ ਜੀ ਦੀ ਸਾਰੇ ਪਾਸੇ ਇੱਜ਼ਤ ਮਾਣ ਰਿਸਪੈਕਟ ਹੈ, ਉਹ ਇਸ ਕਰਕੇ ਹੈ ਕਿ ਉਹਨਾਂ ਦੇ ਅੰਦਰ ਆਪਣੇ ਗੁਰੂਆਂ ਪ੍ਰਤੀ ਕਿਤਨਾ ਸਤਿਕਾਰ ਹੈ। ਇਕੱਲਾ ਗੁਰੂਆਂ ਪ੍ਰਤੀ ਨਹੀਂ, ਗੁਰੂ ਗ੍ਰੰਥ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਸਾਧੂਆਂ ਦੇ ਨਾਲ ਉਹਨਾਂ ਦਾ ਕਿੰਨਾ ਪ੍ਰੇਮ, ਕਿੰਨਾ ਸਤਿਕਾਰ ਕਰਦੇ ਸਨ। ਸਿੱਖੋ ਇਹਨਾਂ ਤੋਂ ਕੁਛ। ਮੈਂ ਉਹ ਵੀ ਸਮਾਂ ਦੇਖਿਆ ਕਿ ਇਹਨਾਂ ਦੇ ਬਜ਼ੁਰਗ ਪੜਦਾਦਾ ਗੁਰੂ ਕਰਮਚੰਦ ਜੀ ਡੇਰਾ ਛੱਡ ਕੇ ਤੁਰ ਗਏ ਸੀ। ਜਦੋਂ ਹਰਦਰਸ਼ਨ ਸਿੰਘ ਬਣੇ, ਅੰਮ੍ਰਿਤ ਛਕਿਆ ਛੋੜ ਕੇ ਹਜ਼ੂਰ ਸਾਹਿਬ ਚਲੇ ਗਏ। ਸੰਗਤਾਂ ਨੇ ਕਿਹਾ ਕਿ ਇਹ ਦਸਤਾਰ ਉਹਨਾਂ ਦੇ ਸਿਰ 'ਤੇ ਸਜਾਣੀ ਹੈ ਅਤੇ ਦਸਤਾਰ ਸੰਭਾਲ ਕੇ ਰੱਖੀ, ਜੇ ਕਦੇ ਆਏ ਉਹਨੇ ਕਿਹਾ ਆਪਣੀਆਂ ਦਸਤਾਰ ਸਜਾ ਦਿਓ। ਇਹ ਜ਼ਿੰਮੇਵਾਰੀ ਤੁਹਾਡੀ ਹੈ, ਮਹੰਤੀ ਤੁਹਾਡੀ ਹੈ। ਅਸੀਂ ਮਹੰਤੀਆਂ ਨੂੰ ਪਕੜੇ 'ਤੇ ਹਾਂ, ਅਸੀਂ ਮਹੰਤੀਆਂ 'ਤੇ ਪਕੜ ਰੱਖਦੇ ਹਾਂ। ਛੱਡਣਾ ਸਿੱਖੋ, ਤਿਆਗ ਕਰਨਾ ਸਿੱਖਣਾ ਹੈ ਅੰਮ੍ਰਿਤਪਾਲ ਸਿੰਘ ਵਰਗੇ ਤੋਂ ਸਿੱਖੋ। ਰੋਹਤਕ ਦਾ ਡੇਰਾ ਛੱਡ ਕੇ ਰਾਤੋਂ ਰਾਤ ਦਿੱਲੀ ਵਾਪਸ ਚਲੇ ਗਏ। ਸਾਨੂੰ ਨਹੀਂ ਲੋੜ ਡੇਰੇ ਦੀ, ਸਾਨੂੰ ਜ਼ਰੂਰਤ ਨਹੀਂ ਡੇਰੇ ਦੀ। ਜੋ ਪੜਦਾਦੇ ਨੇ ਕੀਤਾ ਉਹ ਦਾਦੇ ਨੇ ਵੀ ਕੀਤਾ। ਸੰਤ ਗੁਰਮੁਖ ਸਿੰਘ ਜੀ ਰੋਹਤਕ ਛੋੜ ਕੇ ਗਏ, ਬਾਬਾ ਹਰਬੰਸ ਲਾਲ ਨੂੰ ਕਹਿ ਗਏ ਬਾਬਾ ਜੀ ਤੁਸੀਂ ਸੰਭਾਲਿਓ, ਅਤੇ ਮੁੜ ਕੇ ਮੂੰਹ ਨਹੀਂ ਕੀਤਾ। ਬਾਬਾ ਜੀ ਤੋਂ ਬਾਅਦ ਇੱਕ ਸੰਗਤ ਨੇ, ਸੇਵਾ ਪੰਥੀਆਂ ਨੇ ਕਿਹਾ ਕਿ ਮਹੰਤ ਪਰਮਜੀਤ ਸਿੰਘ ਨੂੰ ਦੇ ਦਿਓ, ਕਿਹਾ ਸਤਿਪਚਨ ਲਓ ਜੀ। ਸਿੱਖੋ ਸੇਵਾ ਪੰਥੀਓ, ਅਸੀਂ ਨਾਂ ਦੇ ਸੇਵਾ ਪੰਥੀ ਹਾਂ, ਲੇਕਿਨ ਜੇ ਅਸਲ ਸੇਵਾ ਪੰਥੀ ਦੇਖਣੇ ਨੇ ਤਾਂ ਅੰਮ੍ਰਿਤਪਾਲ ਸਿੰਘ ਨੂੰ ਦੇਖੋ, ਬਾਬਾ ਹਰਬੰਸ ਸਿੰਘ ਨੂੰ ਦੇਖੋ, ਉਹਨਾਂ ਦੀ ਕਮਾਈ ਨੂੰ ਦੇਖੋ। ਅਸੀਂ ਕਾਹਦਾ ਮਾਣ ਕਰਦੇ ਪਏ ਹਾਂ, ਅਸੀਂ ਕਾਹਦਾ ਗੁਮਾਨ ਕਰਦੇ ਪਏ ਹਾਂ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਸਭ ਕੁਝ ਛੱਡ ਕੇ ਤੁਰ ਜਾਣਾ, ਕਦੇ ਆਪਣੇ ਅੰਦਰ ਸੋਚਿਆ ਕਿ ਕਿਹਨੂੰ ਕਹਿ ਰਹੇ ਹਾਂ? ਲੋਕਾਂ ਨੂੰ ਕਹਿ ਰਹੇ ਕਿ ਅਸੀਂ ਇੱਥੇ ਪੱਕੇ ਰਹਿ ਜਾਣਾ? ਜੇ ਸੇਵਾ ਪੰਥੀਆਂ ਦੇ ਗੁਣ ਦੇਖਣੇ ਨੇ, ਜਿਸ ਸੇਵਾ ਪੰਥੀਆਂ ਨਾਲ ਉਹ ਸਤਿਕਾਰ ਦੇਖਣਾ, ਪਿਆਰ ਦੇਖਣਾ, ਤਾਂ ਸੰਤ ਅੰਮ੍ਰਿਤਪਾਲ ਸਿੰਘ ਜੀ ਵੀਰੇਂਦਰ ਦੇ ਇਹ ਮਹਾਨ ਸ਼ਖਸੀਅਤ ਹੈ, ਮਹਾਨ ਸਾਧੂ ਹੈ। ਇਹ ਉਹਨਾਂ ਦੇ
महंत हरबंस सिंह जी ने अपने जीवन काल के अंदर ही इन्हां नूं महंत दी महंती दे दित्ती सी अस्थान दी। लेकिन अमृतपाल सिंह जी ने एक दिन ही किसी नूं चितारिया किया कि मैनू मिल चुकी है। अज मैं संगत विच दस रहा हाँ कि महंत हरबंस सिंह जी ने संत अमृतपाल सिंह दे सीस ते पहला ही दस्तार सजा दित्ती सी। दस्तार सजाण तो बाद महंत बना दित्ता। लेकिन संत अमृतपाल सिंह सेवा उन्हां दी उस तरह ही करते रहे जिवें एक डेरे की आम सेवादार करते हैं। इन्नी महान सेवा, इन्नी महान सेवा। मैं सतगुरु के चरणा च अरदास करना, सच्चे पातशाह उन्हां दी पावन पवित्र निर्मल आत्मा सब तुहाडे चरणां टिके। और संत अमृतपाल सिंह जी अगे भी सेवा करदे सी, हुण भी उन्होंने सेवा करनी है। उन्हां नूं सेहत जाबी तंदुरुस्ती सतगुरु बख्शिश कर, चढ़दी कला सेवा करन। मैं अमृतपाल सिंह जी नूं यह भी कहना चाहवांगा, यह सेवा पंथियों नूं भी तुसीं संभालो, सेवा पंथियों नूं भी तुसीं संभालो, अपने वर्गे बनाओ इन्हां नूं, अपने गुण बख्शो इन्हां दे अंदर। गुरु गोबिंद सिंह, गुरु तेग बहादुर साहब, भाई कन्हैया जी की इन्नी वड्डी है जमात, इन्हां नूं गुण बख्शो, ये जमात सदा कायम रह सके। ता ही कायम रह सकती है जेकर सेवा पंथियां वाले गुण होणगे, जेकर सेवा पंथियां दे नक्शे कदम ते चलणगे। जमीना जायदादा नूं सेवा पंथियां ने ठोकरा मारियां, डेरियां नूं ठोकरा मारियां, गुरु ग्रंथ साहिब नूं गुरु कहा, वड्डे कहा, महापुरख कहा, अपने आप नूं दास सेवक जाने। ये गुण ने अमृतपाल सिंह दे अंदर। मेरी अरदास है, मैं कल संस्कार ते जाना सी, लेकिन करनाल तो जो चले हाँ तो पता लग्या कि परमिशन लैनी पैंदी है, बिना परमिशन तो अगे नहीं लंघन देणगे। वैक्सीन का सर्टिफिकेट चाहिए है, ना साढ़े को परमिशन सी, ना वैक्सीन सर्टिफिकेट सी, जी नहीं जा सके। लेकिन मन साडा उत्थे सी। मैं संत अमृतपाल सिंह जी नूं ते चरणा ते उन्हां दीआं कीतीआं सेवावां नूं, उन्हां दे कीते कारजां नूं नमस्कार करदा। ते मैं इह गल कहण तों कदे नहीं हटांगा कि संत हरबंस सिंह जी बीमार होए, ढिल्ले होए, ढिले हुए किन्ने साल हरबंस सिंह जी संतां दर्शन दार बख्शते रहे, उन्हां दे जीवन नू वधाउण दा लंबा समा कढ़न दा जे किया जावे तो संत अमृतपाल सिंह जी बहुत वड्डी गल है। उन्हां दी सेवावां करके फुलां दी तरह अपने गुरदेव नूं रखिया। मैं जरूर कहांगा अमृतपाल सिंह जी तुहाडियां सेवावां नूं नमस्कार, बाबा हरबंस सिंह जी तुहाडियां सेवावां नमस्कार, गुरमुख सिंह जी तुहाडियां सेवावां नमस्कार। कदे इतिहास लिखे जाणगे तुहाडे महापुरखां दे ही इतिहास लिखे जाणगे, बाकियां दीआं तां गल्लां बातां ही रहणगीआं। सो मैं सतगुरु के चरणा च अरदास करदा, मेरी इतनी की पेटा प्रवान करना। वाहेगुरु जी का खालसा, वाहेगुरु जी की फतह।